बाबाई दे भक्तो जय बाबा जी दी जय बाबा जी दी। भगत अरुण राय वालों सारी संगत नूं बेनती है कि बाबाई दा लंगर छक के जाना जी, बाबाई दा लंगर छक के। बाबाई दे भगतां लई भगत अरुण राय जी ने JBD चैनल वालियां ने बाबाई दा लंगर शाह तलाई विच लाया। जिन्नियां भी संगतां बाबा जी दरबार ते जा रहियां जां आ रहियां सारिया संगतां अगे हाथ जोड़ के बेनती है कि लंगर छक के जाना जी, बाबा जी दा लंगर छक के जाना। भगतो आ जाओ जी आ जाओ खा जाओ जी कल दा लंगर बाबे दा। आ जाओ जी आके खा जाओ जी कल दा लंगर बाबे दा। लंगर अरुण राय ने लाया बाबा जी दे भगतां नूं जय बाबे दी। अज असीं हिमाचल प्रदेश दे शाहतलाईया विखे पहुंचे जिथे भगत अरुण राय जी वल्लों भगतां लई जिहड़ा लंगर बनवाया जांदा है। इत्थे लंगर 24 घंटे चलदा रहिंदा है। तुसीं तस्वीरां देख सकदे हो कि इत्थे संगत दूरों दूरों आउंदियां ने, इत्थे बाबा जी दे दर्शन करदियां ने। दूरों दूरों संगत लंगर तो प्रसाद शकल इत्थे आउंदियां ने। तुसीं तस्वीरां देख सकदे हो कि सेवादारां वल्लों किस तरह सेवा कीती जा रही है। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਭਾਂਡੇ ਮੰਜਣ ਲਈ ਵੀ ਇੰਤਜ਼ਾਮ ਜਿਹੜਾ ਕੀਤਾ ਜਾ ਰਿਹਾ ਅਤੇ ਦੂਰੋਂ ਦੂਰੋਂ ਜਿਹੜੇ ਸੰਗਤ ਦੂਰੋਂ ਦੂਰੋਂ ਆਉਂਦੀਆਂ ਨੇ ਅਤੇ ਉਹਨਾਂ ਨੂੰ ਜਿਹੜਾ ਲੰਗਰ ਵਰਤਾਇਆ ਜਾ ਰਿਹਾ। ਤੁਸੀਂ ਤਸਵੀਰਾਂ ਲਗਾਤਾਰ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਭਾਂਡੇ ਮੰਜਣ ਲਈ ਵੀ ਇੰਤਜ਼ਾਮ ਕੀਤਾ ਗਿਆ ਅਤੇ ਇੱਥੇ ਸੰਗਤਾਂ ਜਿਹੜਾ ਪ੍ਰਸ਼ਾਦ ਬਾਬਾ ਜੀ ਦਾ ਛਕ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਲਈ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ। ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਇਸ ਲਈ ਸੰਗਤਾਂ ਲਈ ਇੱਥੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੇਵਾਦਾਰ ਕਿਸ ਤਰ੍ਹਾਂ ਆਪਣੀ ਸੇਵਾ ਕਰ ਰਹੇ ਨੇ, ਉਹ ਭਗਤਾਂ ਨੂੰ ਜਿਹੜਾ ਲੰਗਰ ਵਰਤਾ ਰਹੇ ਨੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸੇਵਾਦਾਰ ਵੱਲੋਂ ਕਿਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ। ਅਸੀਂ ਬਾਬਾ ਜੀ ਦੇ ਸੇਵਾਦਾਰ ਨਾਲ ਗੱਲਬਾਤ ਕਰਦੇ ਆ। ਜੈ ਬਾਬੇ ਦੀ, ਜੈ ਬਾਬਾ ਜੀ ਦੀ। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਸੇਵਾ ਕਰਦੇ ਹੋਏ? 2 ਸਾਲ ਹੋ ਗਏ ਜੀ ਬਾਬਾ ਜੀ ਸੇਵਾ ਕਰਦਾ, ਭਗਤ ਅਨੁਰਾਜ ਜੀ ਹੁੰਦੇ ਦਰਬਾਰ ਤੇ ਇੱਥੇ। ਹਾਂਜੀ, ਤੇ ਤੁਹਾਨੂੰ ਮਤਲਬ ਕਿੰਨਾ ਸਕੂਨ ਮਿਲ ਗਿਆ? ਉਹ ਕਿੰਨਾ ਵਧੀਆ ਲੱਗ ਰਿਹਾ ਮਿਲਦਾ ਜੀ? ਬਹੁਤ ਸਕੂਨ ਮਿਲਦਾ ਜੀ, ਆਨੰਦ ਆਉਂਦਾ ਜੀ। ਵਧੀਆ ਸੇਵਾਦਾਰ ਹੈ ਜੀ, ਉਰੇ ਵਧੀਆ ਸੇਵਾ ਚੱਲਦੀ ਜੀ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਹੋਰ ਵੀ ਲੋਕ ਜੁੜਨ, ਸੇਵਾ ਹੋਰ ਕਰਨ? ਹਾਂਜੀ ਹਾਂਜੀ, ਹੋਰ ਆਉਂਦੇ ਆ ਜੀ ਸੰਗਤ ਸਾਡੇ ਨਾਲ। ਅਸੀਂ ਉਰ ਆਏ ਸੀ, ਇੱਕ ਵਾਰ ਲੰਗਰ ਪ੍ਰਸ਼ਾਦਾ ਛਕਿਆ ਸੀ, ਅਸੀਂ ਸਾਡਾ ਦਿਲ ਲੱਗ ਗਿਆ ਉਰ ਬਾਬਾ ਜੀ ਹੋਣਾ ਕੋਲ, ਅਸੀਂ ਸੇਵਾ ਕਰਨ ਆਉਂਦੇ ਆ ਬਾਬਾ ਜੀ ਹੋਣਾ ਦੇ। ਹਾਂਜੀ, ਕੀ ਇੱਥੇ ਲੰਗਰ 24 ਘੰਟੇ ਚੱਲਦਾ ਰਹਿੰਦਾ ਕਿ ਸਵੇਰੇ ਸ਼ਾਮ ਚੱਲਦਾ ਰਹਿੰਦਾ? 24 ਘੰਟੇ ਚੱਲਦਾ ਜੀ, 24 ਘੰਟੇ ਚੱਲਦਾ ਜੀ। ਕੀ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀਆਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਲਈ, ਲੰਗਰ ਜਿਹੜਾ ਛਕਣ ਲਈ? ਦੂਰੋਂ ਦੂਰੋਂ ਆਉਂਦੀ ਜੀ ਸੰਗਤ ਜੀ। ਤੁਸੀਂ ਉਹਨਾਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਵਧੀਆ ਜੀ, ਸ਼੍ਰੀ ਭਗਤ ਅਨੁਰਾਜ ਜੀ ਉਹਨਾਂ ਦੇ ਲੰਗਰ ਹਾਲ ਤੇ ਵਧੀਆ ਚੱਲਦੀ ਸੇਵਾ ਜੀ, ਬੜਾ ਆਨੰਦ ਆਉਂਦਾ ਜੀ, ਵਧੀਆ ਸੇਵਾਦਾਰ ਹੈ ਜੀ ਉਰੇ। ਸੰਗਤ ਹੋਰ ਆਵੇ ਜੀ ਸਾਡੇ ਕੋਲ, ਪ੍ਰਸ਼ਾਦਾ ਚੱਲਦਾ 24 ਘੰਟੇ ਜੀ, ਰਹਿਣਾ ਸਹਿਣਾ ਜੀ, ਸੋਣਾ ਪੈਣਾ ਸਭ ਕੁਛ ਬਾਬਾ ਜੀ ਕੋਲ ਸੁਵਿਧਾ ਹੈ ਜੀ। ਜੈ ਬਾਬਾ ਜੀ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਰੋਟੀ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ ਇਸ ਲਈ ਬਾਬਾ ਜੀ ਵੱਲੋਂ ਜਿਹੜੀ ਰੋਟੀ ਬਣਾਉਣ ਦੀ ਮਸ਼ੀਨ ਹੈ ਜਿਹੜੀ ਲਿਆਈ ਗਈ ਹੈ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ। ਅਤੇ ਹੋਰ ਵੀ ਬਾਬਾ ਜੀ ਦੇ ਅਨੇਕਾਂ ਭਗਤ ਲੰਗਰ ਵਿੱਚ ਸੇਵਾ ਦਿਨ ਰਾਤ ਕਰ ਰਹੇ ਨੇ ਬਾਬਾ ਜੀ ਦੇ। ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਇਸ ਲਈ ਲਿਆਇਆ ਗਿਆ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਾ ਆਵੇ, ਕਿਉਂਕਿ ਕਈ ਵਾਰ ਹੁੰਦਾ ਕਿ ਰੋਟੀ ਲਈ ਸੰਗਤ ਬੈਠੇ ਰਹਿੰਦੇ ਹਨ ਅਤੇ ਇਸ ਲਈ ਸੰਗਤ ਨੂੰ ਕੋਈ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਰੋਟੀ ਮਸ਼ੀਨ ਜਿਹੜੀ ਇੱਥੇ ਲਿਆਈ ਗਈ ਹੈ। ਅਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦਰਬਾਰ ਨੂੰ ਕਿੰਨਾ ਸੋਹਣਾ ਸਜਾਇਆ ਗਿਆ, ਕਿੰਨਾ ਲਾਈਟਾਂ ਨਾਲ ਸਜਾਇਆ ਗਿਆ।
तस्वीर देख सकते हो कि इतने संगत दूरों दूरों इतने आदि ने। तुम बाबा जी ने देख सकते हो कि बाबा जी किन्ने सोहने लग रहे ने, उन्हें दरबार किन्ना सोहना जड़ा सजाया गया। बाबा जी के दर्शन नहीं कर पाते ने और साडे चैनल राही बाबा जी के दर्शन जरूर करन। तुसी देख सकते हो कि बाबा जी नू तुसी बाबा जी के दर्शन कर सकते हो। बाबा जी के दरबार नू किना सोना सजाया गया, तुसी लगातार तस्वीर देख सकते हो दरबार दियां कि जड़ियां ते लाइटां लगियां होईयां ने। हाले ते दिन दा समां पर जदों रात हुंदी है ते लाइटां किन्नियां जगमग करदियां ने, इत्थे दी रौनक वखरी हो जांदी। चाह पकौड़े गर्म गर्म है, आके सारे खावो, आके सारे खावो। संगतां लई जिहड़ी तैयारी कीती गई है, इत्थे देख सकदे हो कि संगतां दे बैठण लई गद्दे भी लगाए गए ने। प्रसाद संगतां लई जिहड़ा बनाया जांदा उस दीआं तस्वीरां दिखाने आ। तुसीं तस्वीरां देख सकदे हो कि सेवादारां वल्लों जिहड़ी सेवा कीती जा रही है, इत्थे सारा इंतजाम जिहड़ा कीता जा रहा है। देख सकदे हो कि जिहड़ा भगतां वल्लों आटा गुन्निया जा रहा है, इत्थे तुसीं तस्वीरां देख सकदे हो कि सेवादार भगतां लई जिहड़ा लंगर तैयार कर रहे ने। इत्थे तुहानूं वख वख तरह दा लंगर मिल सकदा है। मन्निया जांदा है कि इत्थे लंगर 24 घंटे इसे तरह ही चलदा रहिंदा ते सेवादार अपनी सेवा करदे रहिंदे ने। आओ असीं सेवादार जी नाल गल्लबात करदे हां। जय बाबे दी। जय बाबे दी जी। ਤੁਹਾਨੂੰ ਕਿੰਨਾ ਸਮਾਂ ਹੋ ਗਿਆ ਸੇਵਾ ਕਰਦੇ ਹੋਏ? ਸਾਨੂੰ 1 ਸਾਲ ਹੋ ਗਿਆ ਸੇਵਾ ਕਰਦੇ ਨੇ ਬਾਬਾ ਜੀ ਦੇ ਚਰਨਾਂ 'ਚ। ਇੱਥੇ ਲੰਗਰ 24 ਘੰਟੇ ਤਿਆਰ ਕੀਤਾ ਜਾਂਦਾ? ਹਾਂਜੀ ਬਿਲਕੁਲ ਜੀ, 24 ਘੰਟੇ ਲੰਗਰ ਤਿਆਰ ਕੀਤੇ ਰਹਿੰਦੇ। ਇਹ ਲੰਗਰ ਦਾ ਸਮਾਂ ਸਵੇਰੇ ਜਾਂ ਸ਼ਾਮ ਕਦੋਂ? 24 ਘੰਟੇ ਜੀ। ਭਗਤ ਜਿਹੜੇ ਦੂਰੋਂ ਦੂਰੋਂ ਆਉਂਦੇ ਨੇ ਲੰਗਰ? ਦੂਰੋਂ ਦੂਰੋਂ ਆਉਂਦੇ, ਹੁਣੇ ਬੜੀ ਸ਼ਰਧਾ ਨਾਲ ਤੇ ਸੇਵਾ ਕਰੀਦੀ ਹੈ ਤੇ ਬਾਬਾ ਜੀ ਦੇ ਚਰਨਾਂ ਵਿੱਚ ਬਹੁਤ ਬਹੁਤ ਹੀ ਤਨ ਮਨ ਨਾਲ ਸੇਵਾ ਕਰਦੇ ਹਾਂ ਤੇ ਹਰ ਐਤਵਾਰ ਵੀ ਆਈਦਾ ਹੈ ਤੇ ਬਾਬਾ ਜੀ ਦੇ ਚਰਨਾਂ ਦੀ ਸੇਵਾ ਕਰਕੇ ਆਪਣੇ ਅਰਦਾਸ ਕਰਦੇ ਹਾਂ। ਮਤਲਬ ਤੁਸੀਂ ਕਿਤੇ ਦੂਰੋਂ ਆਏ ਹੋ ਕਿ ਰੋਜ਼ ਇੱਥੇ ਸੇਵਾ ਕਰਦੇ ਹੋ? ਨਹੀਂ, ਅਸੀਂ ਅਨੰਦਪੁਰ ਸਾਹਿਬ ਤੋਂ ਆਏ ਜੀ। ਦੂਰ ਸੇਵਾ ਕਰਨ ਆਏ ਹੋ ਤੁਸੀਂ? ਸੇਵਾ ਕਰਨ ਆਏ ਜੀ। ਤੁਹਾਡੇ ਨਾਲ ਹੋਰ ਵੀ ਸਾਥੀ ਆਏ ਨੇ ਕਿ ਤੁਸੀਂ? ਸਾਡੇ ਨਾਲ ਹੋਰ ਵੀ ਬਹੁਤ ਸੰਗੀ ਸਾਥੀ ਆਏ ਵੇ। ਤੁਹਾਨੂੰ ਇਹਦੇ ਆ ਕੇ ਕਿਹੋ ਜਿਹਾ ਸਕੂਨ ਮਿਲਦਾ? ਬਹੁਤ ਬਹੁਤ ਜ਼ਿਆਦਾ ਮਨ ਲੱਗਦਾ, ਬਹੁਤ ਬਾਬਾ ਜੀ ਦੇ ਚਰਨਾਂ 'ਚ ਸੇਵਾ ਕਰਕੇ ਬੜਾ ਮਨ ਲੱਗਦਾ ਰਹਿੰਦਾ ਕਿ ਅਸੀਂ ਹਰ ਵਾਰ ਬਾਬਾ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਤੇ ਸੇਵਾ ਕਰਦੇ ਰਹੀਏ ਇਸੇ ਤਰ੍ਹਾਂ। ਤੇ ਤੁਸੀਂ ਹੋਰ ਭਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਉਹ ਵੀ ਧਿਆਨ ਨਾਲ ਸੇਵਾ ਕਰਨ, ਉਹਨਾਂ ਵੀ ਮਤਲਬ ਖੁਸ਼ ਹੋਵੇ, ਇੱਕ ਅਲੱਗ ਜਿਹਾ ਸਕੂਨ ਮਿਲੇ? ਹਾਂਜੀ, ਅਸੀਂ ਆਪਣੇ ਸਾਰੇ ਭਗਤਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਓ ਆਪਣੇ ਬਾਬਾ ਜੀ ਦੇ ਚਰਨਾਂ 'ਚ ਸੇਵਾ ਕਰੀਏ, ਰਮਿਲ ਰਹੀਏ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੰਗਰ ਬਣਾਉਣ ਲਈ ਜਿਹੜੇ ਨਵੇਂ ਭਾਂਡੇ ਵੀ ਇੱਥੇ ਲਿਆਏ ਗਏ ਨੇ ਤੇ ਜਿਹੜੇ ਮਤਲਬ ਪ੍ਰਸ਼ਾਦ ਨਾਲ ਲਈ ਜਿਹੜੇ ਬਰਤਨ ਕਈ ਵਾਰੀ ਘੱਟ ਹੋ ਜਾਂਦੇ ਆ ਤੇ ਉਹਨਾਂ ਦਾ ਪੂਰਾ ਜਿਹੜਾ ਇੱਥੇ ਇੰਤਜ਼ਾਮ ਕੀਤਾ ਹੋਇਆ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਪਤੀਲੇ ਜਿਹੜੇ ਲੰਗਰ ਬਣਾਉਣ ਲਈ ਰੱਖੇ ਗਏ ਨੇ। ਇਹ ਤੁਹਾਨੂੰ ਹੋਰ ਦੱਸ ਦਈਏ ਕਿ ਭਗਤ ਅਰੁਣ ਰਾਏ ਜੀ ਵੱਲੋਂ ਸੰਗਤਾਂ ਦੇ ਲਈ ਜਿਹੜਾ ਬਾਥਰੂਮ ਬਣਵਾਇਆ ਜਾ ਰਿਹਾ, ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸ ਲਈ ਬਾਥਰੂਮ ਜਿਹੜਾ ਬਣਵਾਇਆ ਜਾ ਰਿਹਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਮਿਸਤਰੀ ਕਿਸ ਤਰ੍ਹਾਂ ਆਪਣਾ ਕੰਮ ਕਰ ਰਹੇ ਨੇ, ਉਹਨਾਂ ਵੱਲੋਂ ਜਿਹੜਾ ਬਾਥਰੂਮ ਨੂੰ ਤਿਆਰ ਕੀਤਾ ਜਾ ਰਿਹਾ। ਤੁਸੀਂ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ। ਜੈ ਬਾਬੇ ਦੀ। ਕੈਮਰਾਮੈਨ ਅਬਿਦ ਨਾਲ ਮੈਂ ਮੋਨਿਕਾ, ਜੈ ਬੀ ਟੀਵੀ ਜਲੰਧਰ।